ਪੰਜਾਬੀ ਲੋਕ ਰੀਤ 7 ਰੋਕਾ ਰੋਟ ਪਰ ਦੋਸਤੋ ਇੱਕ ਗੁਜ਼ਾਰਿਸ਼ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਔਰ ਇਹਦਾ ਲਿੰਕ ਵੀ ਦੋਸਤਾਂ ਨਾਲ ਜਿਆਦਾ ਜਿਆਦਾ ਸਾਂਝਾ ਕਰੋ ਤਾਂ ਪਹਿਲੀ ਗੱਲ ਅਸੀਂ ਕਰਾਂਗੇ ਅੱਜ ਰੋਕਾ ਰਿਸ਼ਤੇ ਲਾਤੇ ਦੀ ਇੱਕ ਰਸਮ ਜੋ ਸਭ ਤੋਂ ਅਗਦੀ ਕੀਤੀ ਜਾਂਦੀ ਜਦੋਂ ਵਰ ਤੇ ਕੁੜੀ ਦੇ ਰਿਸ਼ਤੇ ਦੀ ਗੱਲ ਦੋਵਾਂ ਤੇ ਰਾਤੋਂ ਪਰਵਾਣ ਹੋ ਜਾਂਦੀ ਏ ਤਾਂ ਰੋਕੇ ਦੀ ਰੀਤ ਕੀਤੀ ਜਾਂਦੀ ਇਸ ਨੂੰ ਬੰਨ ਪੋਠੋ ਹਾਰ ਦੇ ਤਪੇ ਵਿੱਚ ਠਾਕਾ ਕਿਹਾ ਜਾਂਦਾ ਇਸ ਰੀਤ ਦਾ ਮਕਸਦ ਜਾਂ ਨਿਸ਼ਾਨਾ ਕੁੜੀ ਲਈ ਵਰ ਰੋਕ ਮਤਲਬ ਠਾਕ ਲੈਣਾ ਹੈ ਇਹ ਰਸਮ ਬੜੀ ਸਾਦਾ ਜੀ ਹੁੰਦੀ ਮਾਝੇ ਵਿਚਲੇ ਇਲਾਕੇ ਵਿੱਚ ਤਾਂ ਕੁੜੀ ਪੱਖ ਵਾਲੇ ਵਰ ਦੀ ਤਲੀ ਉੱਤੇ ਰੋਕ ਰੁਪਈਆ ਧਰ ਕੇ ਮਤਲਬ ਤਲੀ ਤਰਾਵਾ ਕਰਕੇ ਗੁੜ ਦੀ ਰੋਲੀ ਨਾਲ ਹੀ ਕੰਮ ਸਾਰ ਲੈਂਦੇ ਨੇ ధਨੀ ਪੋਠੋ ਹਾਰ ਦੇ ਖਤਰੀ ਅਰੋੜੇ ਇਸ ਮੌਕੇ ਤੇ ਵਰ ਨੂੰ ਕੁੜੀ ਦੇ ਘਰ ਸੱਦ ਕੇ ਦੁੱਧ ਪਿਆਉਂਦੇ ਵਰ ਦੇ ਨਾਲ ਉਹਦੇ ਕੁਝ ਅੰਗ ਸਾਖ ਵੀ ਦੁੱਧ ਪੀਂਦੇ ਨੇ ਰੋਟ ਇੱਕ ਉਚੇਚੇ ਢੰਗ ਦੀ ਵੱਡੇ ਆਕਾਰ ਦੀ ਮੋਟੀ ਜਿਹੀ ਰੋਟੀ ਜੋ ਪੀਰਾ ਫਕੀਰਾਂ ਦੀਆਂ ਖਾਨਗਾਹਾਂ ਉੱਤੇ ਚੜਾਈ ਜਾਂਦੀ ਸੀ ਸਖੀ ਸਰਵਰ ਦੇ ਸੰਗ ਵੀ ਕਿਸੇ ਮੰਨਤ ਦੇ ਪੂਰੇ ਹੋਣ ਤੇ ਰੋਟ ਪਕਾ ਕੇ ਵੰਡਦੇ ਪੋਠੋ ਆਰੇਚ ਇਸ ਰੋਟੀ ਨੂੰ ਮੰਨ ਵੀ ਆਪਦੇ ਕਿਉਂ ਜੋ ਪਹਿਲਿਆਂ ਵੇਲਿਆਂ ਵਿੱਚ ਰੋਟ ਇੱਕ ਮਣ ਆਟੇ ਵਿੱਚ ਇਤਨਾ ਹੀ ਗੁੜ ਲਾ ਕੇ ਪਕਾਇਆ ਜਾਂਦਾ ਸੀ ਰੋਟ ਪਕਾਉਣ ਲਈ ਪਹਿਲਾਂ ਆਟੇ ਵਿੱਚ ਗੁੜ ਛੁਆਰੇ ਖੋਪੇ ਦੀਆਂ ਕਾਪਾਂ ਸੌਫ ਮਲਾ ਲਿਆ ਜਾਂਦਾ ਹੈ ਫਿਰ ਇੱਕ ਵੱਡੀ ਸਾਰੀ ਪੱਠੀ ਬਣਾਈ ਜਾਂਦੀ ਏ ਜਿਸ ਦੇ ਹੇਠਾਂ ਗੋਏ ਭਾਲੇ ਜਾਂਦੇ ਉੱਤੇ ਗੋਏ ਤੇ ਮਿੱਟੀ ਨੂੰ ਗੁੰਨ ਕੇ ਬਣਾਇਆ ਇੱਕ ਵੱਡਾ ਸਾਰਾ ਤਵਾ ਰੱਖਿਆ ਜਾਂਦਾ ਹੈ ਜਦੋਂ ਤਵਾ ਲਾਲ ਹੋ ਜਾਂਦਾ ਹੈ ਤਾਂ ਉਸ ਉੱਤੇ ਗੁੰਨੇ ਆਟੇ ਦਾ ਦੋ ਕੁ ਥੋੜਾ ਮੋਟਾ ਥਰ ਜਮਾ ਦਿੱਤਾ ਜਾਂਦਾ ਹੈ ਜਦੋਂ ਇਹ ਪੱਕ ਕੇ ਲਾਲ ਹੋ ਜਾਂਦਾ ਹੈ ਤਾਂ ਇਸ ਨੂੰ ਪੀਰ ਦੀ ਨਜ਼ਰ ਨਿਆਜ਼ ਕਰਕੇ ਵੰਡ ਦਿੱਤਾ ਜਾਂਦਾ ਹੈ ਕਈ ਵਾਰੀ ਟਰਤੀ ਨੂੰ ਚੰਗੀ ਤਰ੍ਹਾਂ ਤਪਾ ਕੇ ਉਸ ਉੱਤੇ ਰੋਡ ਪਕਾ ਲਿਆ ਜਾਂਦਾ ਹੈ